ਮੇਰੇ ਮੰਮਾ ਚੱਲ ਨਹੀਂ ਸੀ ਸਕਦੇ, ਉਹਨਾਂ ਨੂੰ ਚੱਲਦੇ ਵਾਰੀ ਸਾਹ ਆਉਂਦਾ ਸੀਗਾ। 128 ਕਿਲੋ ਮੇਰੇ ਮਦਰ ਦਾ ਵੇਟ ਸੀਗਾ, ਅੱਜ ਉਹਨਾਂ ਨੇ 11 ਕਿਲੋ ਵੇਟ ਲੂਜ਼ ਕੀਤਾ। ਤੇ ਮੈਂ ਰੋਂਦੀ ਰੋਂਦੀ ਆਈ ਸੀ, ਪਰ ਫਿਰ ਜਦ ਮੈਂ ਦੁਬਾਰਾ ਆਈ ਤੇ ਮੈਂ ਥੈਂਕਸ ਕੀਤਾ ਡਾਕਟਰ ਦਾ। ਮੇਰੀਆਂ ਬਹੁਤ ਸਾਰੀਆਂ ਬਿਮਾਰੀਆਂ ਸੀ, ਮੈਨੂੰ ਸ਼ੂਗਰ ਸੀ, ਬੀਪੀ ਸੀ। 128 ਕਿਲੋ ਵੇਟ ਸੀ ਮੇਰਾ, ਜਿਹੜਾ ਕਿ ਅੱਜ ਮੇਰਾ ਬਹੁਤ ਵਧੀਆ ਰਿਜ਼ਲਟ ਆਇਆ ਹੈ। ਹਾਈ, ਮਾਈਸੈਲਫ ਨਵਪ੍ਰੀਤ ਕੌਰ, ਆਈ ਐਮ ਬੇਸਿਕਲੀ ਫਰੋਮ ਅੰਬਾਲਾ। ਇਫ ਆਈ ਟਾਕ ਅਬਾਊਟ ਮਾਈਸੈਲਫ, ਆਈ ਐਮ ਵਰਕਿੰਗ ਇਨ IGT ਐਜ਼ ਅ ਏਅਰ ਟਿਕਟਿੰਗ ਮੈਨੇਜਰ, ਬਟ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਵੱਡੀ ਗੱਲ ਸ਼ੇਅਰ ਕਰਨ ਲੱਗੀ ਹਾਂ। ਮੈਂ ਇੱਕ ਬਹੁਤ ਹੀ ਛੋਟੇ ਜਿਹੇ ਸ਼ਹਿਰ 'ਚ ਮੋਗਾ 'ਚ ਬੈਠੀ ਹਾਂ, ਜਿੱਥੇ ਬੈਠੀ ਹਾਂ ਉਹਦਾ ਸੈਂਟਰ ਦਾ ਨਾਮ ਹੈ ਕੋਸਮਿਕ ਸਰਜੀਕਲ ਸੈਂਟਰ। ਆਪ ਡਾਕਟਰ ਅਮਿਤ ਸੂਦਾ ਆ, ਇੱਥੇ ਆ ਕੇ ਸਾਨੂੰ ਬਹੁਤ ਹੀ ਵਧੀਆ ਫੀਲ ਹੋਇਆ। ਮੇਰੇ ਮਦਰ ਬਹੁਤ ਹੀ ਆਪਣੇ ਵੇਟ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ, ਜਦੋਂ ਅਸੀਂ ਡਾਕਟਰ ਨਾਲ ਕੰਸਰਨ ਕੀਤਾ ਸਾਨੂੰ ਬਹੁਤ ਹੀ ਵਧੀਆ ਲੱਗਾ। ਉਹਨਾਂ ਨੇ ਸਾਨੂੰ ਇੱਕ ਪੋਜ਼ਿਟਿਵਿਟੀ ਸਾਡੇ ਅੰਦਰ ਲੈ ਕੇ ਆਉਂਦੀ। ਮੇਰੇ ਮੰਮਾ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਸੀ, ਮੇਰੇ ਮੰਮਾ ਚੱਲ ਨਹੀਂ ਸੀ ਸਕਦੇ, ਉਹਨਾਂ ਨੂੰ ਚੱਲਦੇ ਵਾਰੀ ਸਾਹ ਆਉਂਦਾ ਸੀਗਾ, ਹਰ ਚੀਜ਼ ਦੀ ਪ੍ਰੋਬਲਮ ਸੀਗੀ, ਮੇਰੇ ਮੰਮਾ ਨੂੰ ਥਾਇਰਾਇਡ ਪ੍ਰੋਬਲਮ ਸੀਗੀ, ਐਵਰੀਥਿੰਗ। ਔਰ ਮੇਰੀ ਮੰਮਾ ਦਾ ਵੇਟ ਤੁਸੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ, 128 ਕਿਲੋ ਮੇਰੇ ਮਦਰ ਦਾ ਵੇਟ ਸੀਗਾ, ਬਟ ਅੱਜ ਸਿਰਫ 10 ਦਿਨ ਹੋਏ ਆ ਮੇਰੀ ਮਦਰ ਦੀ ਸਰਜਰੀ ਹੋਏ ਨੂੰ, ਵੇਟ ਲੂਜ਼ ਸਰਜਰੀ ਹੋਈ ਹੈ ਮੇਰੀ ਮਦਰ ਦੀ, ਅੱਜ ਉਹਨਾਂ ਨੇ 11 ਕਿਲੋ ਵੇਟ ਲੂਜ਼ ਕੀਤਾ, ਮੇਰੇ ਨਾਲ ਹੀ ਬੈਠੇ ਆ। ਠੀਕ ਹੈ ਮੰਮਾ, ਤੁਸੀਂ ਥੋੜ੍ਹੇ ਜਿਹੇ ਆਪਣੇ ਵਿਊ ਸ਼ੇਅਰ ਕਰ। ਹਾਂਜੀ, ਜਦੋਂ ਮੈਂ ਆਈ ਸੀ ਤਾਂ ਮੈਨੂੰ ਕੁਛ ਮਹਿਸੂਸ ਹੁੰਦਾ ਸੀ ਵੀ ਇੱਦਾਂ ਹੀ ਨਾ ਪੈਸਾ ਨਜਾਇਜ਼ ਹੀ ਨਾ ਚਲਾ ਜਾਏ, ਪਰ ਅੱਜ ਮੇਰਾ 11 ਕਿਲੋ ਵੇਟ ਘਟਿਆ, ਮੈਨੂੰ ਇਵੇਂ ਲੱਗ ਰਿਹਾ ਵੀ ਸ਼ਾਇਦ ਮੈਂ ਠੀਕ ਆਪਣੀ ਲਾਈਨ 'ਤੇ ਆ ਜਾਵਾਂਗੀ, ਆਪਣਾ ਕੰਮ ਕਾਜ ਠੀਕ ਕਰਨ ਲੱਗ ਜਾਵਾਂਗੀ। ਵੀ ਮੈਨੂੰ ਬਹੁਤ ਵਧੀਆ ਲੱਗਾ, ਸਟਾਫ ਵੀ ਮੈਨੂੰ ਬਹੁਤ ਵਧੀਆ ਲੱਗਾ, ਬਾਕੀ ਮੈਨੂੰ ਡਾਕਟਰ ਕੋਲੋਂ ਇੰਨਾ ਪਿਆਰ ਨਹੀਂ ਮਿਲਦਾ ਜਿੰਨਾ ਮੈਨੂੰ ਮਿਲਿਆ ਇੱਥੇ। ਵੀ ਬਹੁਤ ਥੈਂਕਸ ਕਰਨੀ ਹੈ ਮੈਂ ਡਾਕਟਰ ਸਾਹਿਬ ਦਾ ਅਤੇ ਮੈਡਮਾਂ ਦਾ। ਬਟ ਆਪਾਂ ਜਦੋਂ ਇੱਥੇ ਆਏ ਬਹੁਤ ਹੀ ਸਾਨੂੰ ਲਾਈਕ ਸਟਾਫ ਨਾਲ ਗੱਲ ਕਰਕੇ ਇੱਦਾਂ ਲੱਗਾ ਕਿ ਨਹੀਂ ਇਹ ਸਟਾਫ ਨਹੀਂ, ਇਹ ਖੁਦ ਦੀਆਂ ਆਪਣੀਆਂ ਭੈਣਾਂ ਅਤੇ ਭਰਾ ਨੇ। ਠੀਕ ਹੈ, ਔਰ ਰਹੀ ਗੱਲ, ਤੁਹਾਨੂੰ ਵੀ ਪਤਾ ਅੱਜ ਕੱਲ੍ਹ ਬਹੁਤ ਜ਼ਿਆਦਾ ਲਾਈਕ ਪੇਸ਼ੈਂਟਸ ਹੋਸਪਿਟਲਸ ਨੇ, ਉਹਨਾਂ ਦੇ ਕੋਵਿਡ ਕਰਕੇ ਉਹਨਾਂ ਨੂੰ ਬਹੁਤ ਸਾਰੀ ਪ੍ਰੋਬਲਮਸ ਆ ਰਹੀਆਂ ਨੇ, ਕੋਵਿਡ ਬਹੁਤ ਚੱਲ ਰਿਹਾ ਅੱਜ ਕੱਲ੍ਹ ਦੇ ਟਾਈਮ 'ਚ, ਬਟ ਇੱਥੇ ਆ ਕੇ ਕੋਈ ਵੀ ਸਾਨੂੰ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ ਬਾਹਰ ਐਡੀ ਵੱਡੀ ਬਿਮਾਰੀ ਚੱਲ ਰਹੀ ਹੈ। ਅਸੀਂ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਸੇਫ ਕੀਤਾ, ਔਰ ਅਗਰ ਸਟਾਫ ਦੀ ਡਾਕਟਰਸ ਦੀ ਗੱਲ ਕਰਾਂ ਤਾਂ ਬਹੁਤ ਹੀ ਵਧੀਆ ਡਾਕਟਰਸ ਨੇ ਇੱਥੇ। ਮੈਂ ਸਭ ਨੂੰ ਰਿਕਮੈਂਡ ਕਰਦੀ ਹਾਂ, ਜਿਹੜੇ ਵੀ ਆਪਣੇ ਵੇਟ ਤੋਂ ਮੇਲਸ ਐਂਡ ਫੀਮੇਲਸ ਬਹੁਤ ਜ਼ਿਆਦਾ ਪਰੇਸ਼ਾਨ ਆ, ਉਹ ਪਲੀਜ਼ ਇੱਥੇ ਆਉਣ ਅਤੇ ਆਪਦਾ ਇਲਾਜ ਜਲਦੀ ਤੋਂ ਜਲਦੀ ਕਰਾਉਣ ਅਤੇ ਆਪਣੀ ਲਾਈਫ ਸੇਵ ਕਰਨ। ਸੀਰੀਅਸਲੀ, ਆਪਾਂ ਆਪਣੀ ਮੰਮੀ ਦੀ ਲਾਈਫ ਇੱਕ ਡਾਕਟਰ ਦੇ ਹੱਥ 'ਤੇ ਦਿੱਤੀ ਸੀ, ਉਹਨਾਂ ਨੇ ਸਾਡੀ ਮਦਰ ਦੀ ਲਾਈਫ ਸੇਵ ਕੀਤੀ ਆ, ਆਪਾਂ ਬਹੁਤ ਹੈਪੀ ਹਾਂ, ਔਰ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਡਾਕਟਰ ਅਮਿਤ ਸੂਦ ਦਾ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਮੇਰਾ ਨਾਮ ਹੈ ਜਸਵੀਰ ਕੌਰ, ਮੈਂ ਅੰਬਾਲਾ ਹਰਿਆਣਾ ਤੋਂ ਬਿਲੋਂਗ ਕਰਨੀ ਹਾਂ। ਮੇਰੇ ਬੱਚਿਆਂ ਨੇ ਸਰਚ ਮਾਰਿਆ ਅਮਿਤ ਸੂਦ ਦਾ, ਪੰਜਾਬ ਮੋਗਾ ਸ਼ਹਿਰ ਦੇ ਵਿੱਚ ਡਾਕਟਰ ਸਾਹਿਬ ਸੀ, ਇਹਨਾਂ ਦਾ ਲੁਧਿਆਣੇ ਵਿੱਚ ਵੀ ਹੈ, ਪਰ ਐਸਾ ਕੁਛ ਨਹੀਂ ਵੀ ਲੁਧਿਆਣੇ ਜਾਂ ਮੋਗਾ, ਡਾਕਟਰ ਬਹੁਤ ਵਧੀਆ। ਅਸੀਂ ਗੱਲਬਾਤ ਕੀਤੀ, ਸਾਨੂੰ ਚੰਗਾ ਲੱਗਾ, ਅਸੀਂ ਫਿਰ ਆਪਣਾ ਮੇਰਾ ਵੇਟ ਦਾ ਆਪਰੇਸ਼ਨ ਕੀਤਾ, ਇਹਨਾਂ ਨੇ ਆਪਰੇਟ ਕੀਤਾ, ਬਹੁਤ ਵਧੀਆ ਰਿਜ਼ਲਟ ਆਇਆ ਵੀ ਜਿਹੜਾ ਕਿ ਮੈਂ ਚੱਲ ਵੀ ਨਹੀਂ ਸੀ ਸਕਦੀ। ਮੈਂ ਰੋਂਦੀ ਰੋਂਦੀ ਆਈ ਸੀ, ਪਰ ਫਿਰ ਜਦੋਂ ਮੈਂ ਦੁਬਾਰਾ ਆਈ ਤਾਂ ਮੈਂ ਥੈਂਕਸ ਕੀਤਾ ਡਾਕਟਰ ਦਾ, ਨਾਲੇ ਧੰਨਵਾਦ ਕੀਤਾ ਵੀ ਤੁਸੀਂ ਮੇਰੀ ਉਮਰ ਵਧਾ ਦਿੱਤੀ। ਮੇਰੇ ਬੱਚੇ ਕਹਿੰਦੇ ਸੀ ਵੀ ਮੰਮਾ ਸਾਨੂੰ ਤੇਰੀ ਬਹੁਤ ਜ਼ਰੂਰਤ ਹੈ, ਵੀ ਮੰਮਾ ਵੀ ਤੁਸੀਂ ਕਰਵਾ ਲਓ। ਫਿਰ ਮੇਰਾ ਡਾਕਟਰ ਸਾਹਿਬ ਨੇ ਅਮਿਤ ਸੂਦ ਨੇ ਮੇਰਾ ਆਪਰੇਸ਼ਨ ਕੀਤਾ, ਮੈਨੂੰ ਬਹੁਤ ਚੰਗਾ ਲੱਗਾ। ਮੈਂ ਫਿਰ ਜਦੋਂ ਦੁਬਾਰਾ ਚੈੱਕਅਪ ਕਰਵਾਉਣ ਆਈ ਤਾਂ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਥੈਂਕਸ ਕੀਤਾ। ਮੇਰੀਆਂ ਬਹੁਤ ਸਾਰੀਆਂ ਬਿਮਾਰੀਆਂ ਸੀ, ਮੈਨੂੰ ਸ਼ੂਗਰ ਸੀ, ਬੀਪੀ ਸੀ, ਮੇਰਾ ਸਾਹ ਚੜ੍ਹਦਾ ਸੀ, ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮਾਂ ਸੀ, ਮੈਨੂੰ ਮੈਂ ਕੁਛ ਦੱਸ ਨਹੀਂ ਸਕਦੀ, ਮੈਂ ਆਪਣੀ ਗਾੜੀ ਮੈਂ ਖੁਦ ਹੀ ਨਹੀਂ ਸੀ ਬੈਠ ਸਕਦੀ, ਮੈਂ ਇੰਨਾ ਮੇਰਾ ਬੁਰਾ ਹਾਲ ਸੀ। ਪਰ ਮੈਂ ਅੱਜ ਡਾਕਟਰ ਸਾਹਿਬ ਦਾ ਬਹੁਤ ਥੈਂਕਸ ਕਰਨੀ, 2 ਸਾਲ ਪਹਿਲਾਂ ਮੇਰੀ ਸਰਜਰੀ ਹੋਈ ਸੀ, 128 ਕਿਲੋ ਵੇਟ ਸੀ ਮੇਰਾ, ਜਿਹੜਾ ਕਿ ਅੱਜ ਮੇਰਾ ਬਹੁਤ ਵਧੀਆ ਰਿਜ਼ਲਟ ਆਇਆ ਹੈ, ਬੜਾ ਚੰਗਾ ਮੈਨੂੰ ਡਾਕਟਰ ਸਾਹਿਬ ਲੱਗਦੇ ਨੇ ਅਮਿਤ ਸੂਦ। ਮੇਰਾ ਜਦੋਂ ਮੈਂ ਆਈ ਸੀ ਤਾਂ ਮੇਰਾ 128 ਕਿਲੋ ਵੇਟ ਸੀ, ਪਰ ਅੱਜ ਮੈਂ 2 ਸਾਲਾਂ ਤੋਂ ਬਾਅਦ ਆਈ ਹਾਂ ਅਤੇ ਮੇਰਾ 128 ਤੋਂ ਬਾਅਦ 55 ਕਿਲੋ ਵੇਟ ਆਇਆ, ਬਹੁਤ ਵਧੀਆ ਰਿਜ਼ਲਟ ਆਇਆ। ਡਾਕਟਰ ਸਾਹਿਬ ਨੇ ਮੇਰਾ ਥੈਂਕਸ ਕੀਤਾ ਬਹੁਤ ਜ਼ਿਆਦਾ, ਵੀ ਦੱਸੋ ਹੁਣ ਤੁਹਾਨੂੰ ਕੋਈ ਬਿਮਾਰੀਆਂ ਰਹਿ ਗਈਆਂ? ਮੈਨੂੰ ਕੋਈ ਬਿਮਾਰੀ ਨਹੀਂ ਰਹੀ, ਕੋਈ ਮੈਨੂੰ ਸਾਹ ਨਹੀਂ ਚੜ੍ਹਦਾ, ਕੋਈ ਕੁਛ ਨਹੀਂ ਹੁੰਦਾ ਹੈਗਾ, ਬਿਲਕੁਲ ਮੈਂ ਠੀਕ ਹਾਂ, ਆਪਣੇ ਸਾਰੇ ਘਰ ਦਾ ਕੰਮ ਮੈਂ ਖੁਦ ਕਰਨੀ ਹਾਂ, ਮੈਨੂੰ ਬੜਾ ਚੰਗਾ ਲੱਗਦਾ ਕੰਮ ਕਰਦੇ। ਤੁਹਾਨੂੰ ਸਾਰਿਆਂ ਅੱਗੇ ਦੇਸ਼ ਵਿੱਚ, ਵਿਦੇਸ਼ ਵਿੱਚ, ਹਰਿਆਣਾ ਵਿੱਚ, ਪੰਜਾਬ ਵਿੱਚ, ਜਿੱਥੇ ਵੀ, ਚੰਡੀਗੜ੍ਹ, ਬਠਿੰਡੇ, ਲੁਧਿਆਣਾ, ਜਿੱਥੇ ਵੀ ਕੋਈ ਰਹਿ ਰਿਹਾ, ਮੇਰੀ ਆਵਾਜ਼ ਜ਼ਰੂਰ ਸੁਣਿਓ। ਅਤੇ ਬਸ ਇਹੀ ਕਿਹੋ ਵੀ ਅਮਿਤ ਸੂਦ ਨੇ ਇੱਕ ਬਹੁਤ ਵੱਡਾ ਸੈਂਟਰ ਖੋਲ੍ਹਿਆ ਇੱਥੇ ਮੋਗਾ ਵਿੱਚ, ਉੱਥੇ ਆਉਣ, ਡਾਕਟਰ ਸਾਹਿਬ ਨਾਲ ਮਿਲਣ ਅਤੇ ਆਪਣਾ ਇੱਕ ਵਾਰੀ ਮੋਟਾਪੇ ਦਾ ਦੱਸਣ ਵੀ ਅਸੀਂ ਕਿਉਂ ਦੁਖੀ ਹਾਂ ਇੰਨੇ ਮੋਟਾਪੇ ਤੋਂ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ, ਸ਼ੂਗਰ, ਬੀਪੀ, ਗੋਡਿਆਂ ਦੇ ਦਰਦ ਸੀ, ਪੈਰਾਂ ਦੇ ਦਰਦ ਸੀ, ਵੀ ਜਿਹੜਾ ਕਿ ਅੱਜ ਮੇਰਾ ਵੇਟ ਘੱਟ ਹੋਣ ਕਰਕੇ ਮੇਰਾ ਸਾਰਾ ਕੁਝ ਠੀਕ ਹੋ ਗਿਆ।
ਤੇ ਮੈਂ ਬਹੁਤ ਜ਼ਿਆਦਾ ਥੈਂਕਸ ਕਰਦੀ ਹਾਂ ਡਾਕਟਰ ਦਾ, ਪਰ ਮੈਂ ਕਹਿੰਦੀ ਸਾਰੇ ਲੋਕ ਆਓ ਡਾਕਟਰ ਦੀ ਸਲਾਹ ਲੈ ਕੇ ਅਤੇ ਆਪਣਾ ਵੇਟ ਘੱਟ ਕਰਾਓ।